ਸੀਬੀਆਈ ਕੋਰਟ ਵੱਲੋਂ ਡੇਰਾ ਸੱਚਾ ਸੌਦਾ ਪ੍ਰਮੁੱਖ ਬਾਬਾ ਰਾਮ ਰਹੀਮ ਨੂੰ ਸਾਧਵੀ ਰੇਪ ਕੇਸ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਵੱਲੋਂ ਆਪਣੀ ਰਾਏ ਦਿੱਤੀ ਜਾ ਰਹੀ ਹੈ। ਇਸੇ ਦੇ ਚੱਲਦਿਆਂ ਜਲੰਧਰ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀ ਇਸ ਮਾਮਲੇ 'ਤੇ ਆਪਣੀ ਰਾਏ ਦਿੰਦੇ ਹੋਏ ਕਿਹਾ ਕਿ ਡੇਰਿਆਂ 'ਤੇ ਟਿੱਪਣੀ ਕਰਨ ਤੋਂ ਬਜਾਏ ਇਹਨਾਂ 'ਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ। ਸਾਧੂ ਸਿੰਘ ਧਰਮਸੋਤ ਨੇ ਪੰਜਾਬ ਦੇ ਗੁਰਦਾਸਪੁਰ 'ਚ ਹੋਣ ਵਾਲੇ ਉਪਚੁਣਾਵ ਬਾਰੇ ਕਿਹਾ ਕਿ ਉਹਨਾਂ ਦੀ ਪਾਰਟੀ ਇਸ ਚੁਣਾਵ ਲਈ ਬਿਲਕੁਲ ਤਿਆਰ ਹੈ। ਕਿਸਾਨਾਂ ਵੱਲੋਂ ਕੀਤੀ ਜਾ ਰਹੀ ਆਤਮ ਹੱਤਿਆ ਬਾਰੇ ਗੱਲ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਸਾਨਾਂ ਨੂੰ ਆਤਮ ਹੱਤਿਆ ਨਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਜਲਦ ਹੀ ਕਿਸਾਨਾਂ ਦੇ 2 ਲੱਖ ਰੁਪਏ ਦੇ ਕਰਜ਼ੇ ਮਾਫ਼ ਕਰ ਦਿੱਤੇ ਜਾਣਗੇ। ਗੱਲ ਇਹ ਹੈ, ਜਿੱਥੇ ਤੱਕ ਬਾਬਾ ਰਾਮ ਰਹੀਮ ਜੀ ਦਾ ਸਵਾਲ ਹੈ, ਦੇਖੋ ਅਸੀਂ ਪੋਲੀਟੀਕਲ ਆਦਮੀ ਹਾਂ, ਜਦੋਂ ਬੰਦਾ ਇਲੈਕਸ਼ਨ 'ਚ ਫਸਿਆ ਹੁੰਦਾ ਮੈਂ ਵੀ ਗਿਆ ਵੋਟ ਮੰਗਣ, ਮੈਨੂੰ ਵੀ ਜਾਣਾ ਪੈਂਦਾ, ਸ਼ਾਇਦ ਫਿਰ ਵੀ ਜਾਣਾ ਪਵੇ। ਇਹ ਵੋਟ ਹੋਰ ਸਵਾਲ ਹੈ, ਬਾਕੀ ਉਹਨਾਂ ਦੇ ਡੇਰੇ ਦਾ ਸਵਾਲ ਹੈ। ਜੋ ਪ੍ਰੈਸ ਨੇ ਦੇਖਿਆ ਹੈ, ਜੋ ਸਰਕਾਰ ਕਰ ਰਹੀ ਹੈ, ਉਹ ਆਪਣਾ ਕੰਮ ਕਰ ਰਹੇ ਨੇ, ਇਹਦੇ 'ਚ ਮੈਂ ਦਖਲ ਨਹੀਂ ਦੇਣਾ। ਜਲੰਧਰ ਤੋਂ ਜਤਿੰਦਰ ਸ਼ਰਮਾ ਦੀ ਰਿਪੋਰਟ, ਚੈਨਲ 2।